starting with a very easy biogeochemical cycle, that is phosphorus. ਬੱਚੇ ਇਸ ਬਹੁਤ ਇੰਨਾ ਈਜ਼ੀ ਸਾਈਕਲ ਹੈ ਕਿ ਈਜ਼ੀ ਟੂ ਰਿਮੈਂਬਰ ਵੀ ਹੈ ਅਤੇ ਸਭ ਤੋਂ ਈਜ਼ੀ ਸਾਨੂੰ ਸਮਝ ਆਉਣ ਵਿੱਚ ਵੀ ਹੈ। ਜੇ ਤੁਸੀਂ ਇਹ ਸਾਹਮਣੇ ਵਾਲੀ ਫਿਗਰ ਦੇਖੋਗੇ ਤਾਂ ਉਸਨੂੰ ਧਿਆਨ ਨਾਲ ਦੇਖੋ। ਜੇ ਆਪਾਂ ਮੋਟੀ ਜਿਹੀ ਗੱਲ ਕਰੀਏ ਤਾਂ ਜਿਹੜਾ ਫੋਸਫੋਰਸ ਹੈ ਉਹ ਪ੍ਰੋਡਿਊਸਰਸ ਕਿਵੇਂ ਪਹੁੰਚਦਾ, ਸੋਇਲ ਤੋਂ ਪ੍ਰੋਡਿਊਸਰਸ 'ਚ ਅਤੇ ਪ੍ਰੋਡਿਊਸਰ ਤੋਂ ਕੰਜ਼ਿਊਮਰਸ ਅਤੇ ਡੈਟਰੀਵੋਰਸ ਐਨੀਮਲਸ ਡੀਕੰਪੋਜ਼ ਹੋ ਕੇ ਫਿਰ ਸੋਇਲ 'ਚ ਆ ਜਾਂਦਾ। ਹੁਣ ਕੁਐਸਚਨ ਹੈ ਵੀ ਇਹ ਸੋਇਲ 'ਚ ਕਿੱਥੋਂ ਆਉਂਦਾ? ਸੋਇਲ 'ਚੋਂ ਵਿਦਰਿੰਗ ਆਫ ਰੌਕ ਹੈ। ਇਹ ਇੱਕ ਸਿੰਪਲ ਵੇ ਹੈ ਜਿਹੜਾ ਹੈ ਇਹਦਾ ਸਾਈਕਲ ਦਾ। ਸੈਕਿੰਡ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇਹ ਇੱਕ ਕੰਪਲੀਟਲੀ ਆਪਾਂ ਦਿਖਾ ਰਹੇ ਹਾਂ, ਬਟ ਜਿਹੜਾ ਤੁਸੀਂ ਪਹਿਲਾਂ ਉਹਲਾ ਡਾਇਗਰਾਮ ਵੀ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਕਹਿੰਦੇ ਕਿ ਇਹ ਫਾਸਫੋਰਸ ਦੀ ਇੰਪੋਰਟੈਂਸ ਕੀ ਹੈ। ਬੇਟੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਹੈ ਰੋਟੀ ਖਾਂਦੇ ਹਾਂ ਆਪਾਂ, ਉਹਨਾਂ 'ਚ ਆਪਾਂ ਕਾਰਬੋਹਾਈਡਰੇਟਸ, ਪ੍ਰੋਟੀਨ, ਲਿਪਿਡਸ, ਮਿਨਰਲ ਸਾਨੂੰ ਕੀ ਹੈ ਸਾਡੀ ਜ਼ਰੂਰਤ ਹੁੰਦੇ ਨੇ, ਉਹ ਪਲਾਂਟਸ ਨੂੰ ਵੀ ਇਸੇ ਤਰੀਕੇ ਨਾਲ। ਸਭ ਤੋਂ ਜ਼ਿਆਦਾ ਇੰਪੋਰਟੈਂਟ ਉਹਨਾਂ ਦੇ ਐਲੀਮੈਂਟ ਜਿਹੜੇ ਨੇ ਉਹ ਨਾਈਟ੍ਰੋਜਨ, ਫਾਸਫਰਸ, ਪੋਟਾਸ਼ੀਅਮ ਅਤੇ ਹੁੰਦੇ ਨੇ, ਠੀਕ ਹੈ, ਜਿੱਥੇ ਕਾਰਬਨ ਅਤੇ ਹਾਈਡਰੋਜਨ ਤੋਂ ਇਲਾਵਾ। ਸੇਮ ਜੇ ਆਪਾਂ ਆਪਣੀ ਗੱਲ ਕਰੀਏ ਆਪਾਂ ਬਹੁਤ ਪਲਾਂਟਸ ਦੀ ਅਤੇ ਐਨੀਮਲਸ ਦੀ, ਕਿਉਂਕਿ ਇਨਵਾਇਰਮੈਂਟ ਦੇ ਵਿੱਚ ਆਪਾਂ ਇਹੀ ਡੀਲ ਕਰਨਾ ਹੈ, ਤਾਂ ਫਾਸਫਰਸ ਜਿਹੜਾ ਬੜੇ ਇੰਪੋਰਟੈਂਟ ਕੰਪੋਨੈਂਟ ਹੈ, ਮਿਨਰਲ ਹੈ ਫੋਰ ਆਲ ਦਾ ਔਰਗਨਿਜ਼ਮ। ਇਹ ਤੁਹਾਡੀ ਸੈੱਲ ਦੀ ਸੈੱਲ ਮੈਂਬਰੇਨ ਬਣਾਉਂਦਾ ਹੈ, ਔਰਗਨਲੀ ਜਿਹੜੀਆਂ ਸੈੱਲ ਦੇ ਵਿੱਚ ਔਰਗਨਿਜ ਨੇ ਉਹਨਾਂ ਦੀ ਮੈਂਬਰੇਨ ਹੈ, ਨਿਊਕਲਿਕ ਐਸਿਡ ਜਿਹੜੇ ਹੈ ਡੀ ਐੱਨ ਏ, ਆਰ ਐੱਨ ਏ, ਛੋਟੀਆਂ ਕਲਾਸਾਂ 'ਚ ਵੀ ਪੜ੍ਹੇ ਹੋਣਾ ਤੁਸੀਂ, ਉਹਨਾਂ ਦਾ ਪਾਰਟ ਹੈ, ਠੀਕ ਹੈ। ਦੈਟ ਮੀਨਸ ਜੇ ਡੀ ਐੱਨ ਏ, ਆਰ ਐੱਨ ਏ ਨਾ ਹੋਵੇ ਤਾਂ ਜੋ ਸਾਡੇ ਕੁਛ ਕੰਟਰੋਲ ਹੈ ਸਾਡੀ ਬੋਡੀ ਕੁਛ ਵੀ ਨਾ ਜਿਹੜਾ ਹੈ ਕੰਟਰੋਲ ਨਹੀਂ ਹੋ ਸਕਦਾ। ਜੇ ਆਪਾਂ ਐਨਰਜੀ ਦਾ ਜਿਵੇਂ ਹੈ ਸੈੱਲ ਦਾ ਸੋਰਸ ਆਫ ਐਨਰਜੀ ਜਿਹੜੀ ਹੈ ਉਹ ਏ ਟੀ ਪੀ ਹੈ, ਐਡੀਨੋਸਾਈਟ ਟ੍ਰਾਈ ਫੋਸਫੇਟ, ਫੋਸਫੇਟ ਉਹਦਾ ਵੀ ਕੰਪੋਨੈਂਟ ਹੈ। ਐਨਰਜੀ ਮੋਲੀਕਿਊਲ ਹੁੰਦਾ ਲਿਵਿੰਗ ਸੈੱਲ ਦੇ ਵਿੱਚ, ਜਿਵੇਂ ਆਪਾਂ ਬਾਹਰੋਂ ਕਰਦੇ ਹਾਂ ਕਿ ਇੰਨੇ ਕਿਲੋ ਕੈਲਰੀਜ਼ ਐਨਰਜੀ ਕੰਜ਼ਿਊਮ ਕਰਨੀ, ਇਸ ਤਰ੍ਹਾਂ ਸੈੱਲ ਵੀ ਆਪਣੀ ਐਨਰਜੀ ਦਾ ਲੈਵਲ ਹੈ ਉਹਦਾ ਜਿਹੜਾ ਯੂਨਿਟ ਹੈ ਉਹ ਏ ਟੀ ਪੀ ਹੈ। ਸੋ ਫੋਸਫੋਰਸ ਆਲਸੋ ਪਾਰਟੀਸਪੇਟ ਇਨ ਰੈਸਪੀਰੇਸ਼ਨ, ਫੋਟੋਸਿੰਥੇਸਿਸ ਐਂਡ ਅਦਰ ਮੈਟਾਬੋਲਿਕ ਐਕਟੀਵਿਟੀ। ਹੁਣ ਕੁਐਸਚਨ ਇਹਦਾ ਹੁੰਦਾ ਕਿ ਇਹਦਾ ਸੋਰਸ ਕੀ ਹੈ, ਠੀਕ ਹੈ। ਸੋਰਸ ਜਿਹੜਾ ਹੈ ਕਈ ਤਰ੍ਹਾਂ ਦੇ ਸੋਰਸ ਹੁੰਦੇ ਆ ਬੇਟਾ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਸੋਰਸ ਹੈ ਇਸਦਾ ਉਹ ਕੀ ਹੈ। ਸੋਰਸ ਦੇਖੋ, ਸੋਰਸ ਜਿਹੜੇ ਹੈ ਮੇਜਰ ਸੋਰਸ ਜਾਂ ਰੈਜ਼ਰਵਾਇਰ ਜਿਹੜਾ ਫੋਸਫੋਰਸ ਇਜ਼ ਅ ਫੋਸਫੇਟ ਰੋਕ ਔਰ ਫੋਸਿਲ ਬੋਨਸ, ਬੋਨਸ ਨੇ ਜਾਂ ਰੌਕਸ ਨੇ, ਠੀਕ ਹੈ, ਜਿਹੜੇ ਕਿ ਡਿਪੋਜ਼ਿਟ ਹੋਈਆਂ ਹੋਈਆਂ ਨੇ। ਅਤੇ ਇੱਕ ਗੱਲ ਖਿਆਲ 'ਚ ਰੱਖਣੀ ਹੈ ਕਿ ਐਟਮੋਸਫੀਅਰ ਦੇ ਵਿੱਚ, ਠੀਕ ਹੈ, ਐਟਮੋਸਫੀਅਰ ਹਵਾ ਦੇ ਵਿੱਚ ਫੋਸਫੋਰਸ ਜਿਹੜਾ ਹੈ ਉਹ ਨਿਗਲੀਜੀਬਲ ਅਮਾਊਂਟ 'ਚ ਹੁੰਦਾ, ਠੀਕ ਹੈ। ਸੋ ਇਹ ਦਿਮਾਗ 'ਚ ਰੱਖਣਾ ਹੈ ਕਿ ਫੋਸਫੋਰਸ ਸਾਨੂੰ ਹਵਾ ਤੋਂ ਨਹੀਂ ਮਿਲਦਾ, ਫੋਸਫੋਰਸ ਸਾਨੂੰ ਧਰਤੀ 'ਚੋਂ ਜਾਂ ਵਾਟਰ 'ਚੋਂ ਮਿਲਦਾ ਹੈ, ਮਤਲਬ ਹਾਈਡਰੋਸਫੀਅਰ ਅਤੇ ਲਿਥੋਸਫੀਅਰ 'ਚੋਂ ਮਿਲਦਾ ਹੈ, ਠੀਕ ਹੈ। ਹੁਣ ਜਿਹੜਾ ਫੋਸਫੋਰਸ ਹੈ ਜਿਹੜੇ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਇਹਦਾ ਯੂਜ਼ ਕਿਵੇਂ ਹੁੰਦਾ ਜਾਂ ਰਿਲੀਜ਼ ਕਿਵੇਂ ਹੁੰਦਾ। ਫੋਸਫੋਰਸ ਜਿਹੜਾ ਹੈ ਉਹ ਸੋਇਲ 'ਚ ਅਵੇਲੇਬਲ ਹੁੰਦਾ, ਪਲਾਂਟਸ ਉਸਨੂੰ ਯੂਜ਼ ਕਰਦੇ ਆ, ਠੀਕ ਹੈ, ਅਤੇ ਪਲਾਂਟਸ ਤੋਂ ਐਨੀਮਲਸ ਯੂਜ਼ ਕਰਦੇ ਆ, ਠੀਕ ਹੈ। ਜਿਵੇਂ ਆਪਾਂ ਇਹ ਫੋਸਫੇਟ ਰੌਕ ਹੈ, ਆਪਾਂ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਟਰਮਸ ਮੈਂ ਦੱਸਦੀ ਹਾਂ ਕਿ ਐਜ਼ ਅ ਰੌਕ ਦੀ ਫੋਰਮੇਸ਼ਨ 'ਚ ਆਪਾਂ ਜਦੋਂ ਗੱਲ ਕਰ ਰਹੇ ਹਾਂ ਕਿ ਜਿਹੜਾ ਪਲਾਂਟਸ 'ਤੇ ਆਉਣਾ ਉਹ ਕਿੱਥੋਂ ਆਉਣਾ, ਰੌਕਸ ਤੋਂ। ਜਿਵੇਂ ਰੌਕਸ ਜਿਹੜੀਆਂ ਨੇ ਉਹਦਾ ਇਰੋਜਨ ਹੁੰਦਾ ਹੈ, ਠੀਕ ਹੈ, ਜਿਵੇਂ ਆਪਾਂ ਜਿਹਨਾਂ ਨੂੰ ਜਿਹੜਾ ਹੈ ਹਵਾ ਜ਼ੋਰ ਦੀ ਚੱਲਦੀ ਹੈ ਤਾਂ ਉਹਦੀ ਉੱਤਰੀਆਂ ਜਿਹੜੀਆਂ ਨੇ ਇਰੋਡ ਹੋ ਜਾਂਦੀਆਂ ਨੇ, ਠੀਕ ਹੈ। ਸੋ ਰੌਕਸ ਤੋਂ ਸਮਾਲ ਅਮਾਊਂਟ ਆਫ ਫੋਸਫੋਰਸ ਜਿਹੜੀ ਡਿਜ਼ੋਲਵ ਹੋ ਜਾਂਦੀ ਹੈ ਯੂਜ਼ਲੀ ਐਜ਼ ਅ ਫੋਸਫੇਟ ਦੈਟ ਹੌਲੀ ਹੌਲੀ ਸੋਇਲ ਦੇ ਵਿੱਚ ਚਲ ਜਾਂਦੀ ਹੈ, ਅਤੇ ਕੁਛ ਜਿਹੜੀ ਹੈ ਪਾਣੀ ਦੇ ਨਾਲ ਵਹਿ ਕੇ ਕੀ ਹੈ ਸਮੁੰਦਰ 'ਚ ਚਲ ਜਾਂਦੀ ਹੈ, ਠੀਕ ਹੈ। ਇਹ ਮੰਨਿਆ ਜਾਂਦਾ ਕਿ ਓਵਰ 2 ਮਿਲੀਅਨ ਟਨ ਆਫ ਫੋਸਫੇਟਸ ਆਰ ਮਾਈਂਡ ਐਨੂਅਲੀ ਬਾਏ ਮੈਨ। ਆਪਾਂ ਹੀ ਕਰਦੇ ਹਾਂ ਬਹੁਤ ਸਾਰੀ ਮਾਈਨਿੰਗ ਵੀ ਕਰਦੇ ਹਾਂ ਆਪਾਂ ਰੌਕਸ ਤੋਂ, ਐਂਡ ਕਾਹਦੇ ਵਾਸਤੇ ਅਸੀਂ ਕੀ ਬਣਾਉਂਦੇ ਹਾਂ, ਫਰਟੀਲਾਈਜ਼ਰਸ, ਠੀਕ ਹੈ। ਬਹੁਤ ਸਾਰੀ ਜਿਹੜੀ ਹੈ ਇਹ ਸੋਰਸ ਹੈ ਸਾਡੇ ਕੋਲ, ਅਤੇ ਆਪਾਂ ਕਾਹਦੇ ਵਾਸਤੇ ਯੂਜ਼ ਕਰ ਰਹੇ ਹਾਂ, ਵੀ ਆਰ ਯੂਜ਼ਿੰਗ ਕਿ ਇਰੋਜਨ ਹੋਇਆ, ਡਿਜ਼ੋਲਵ ਫੋਸਫੇਟ ਜਿਹੜੀ ਹੈ ਉਹ ਮੈਰੀਨ 'ਚ ਚਲੀ ਗਈ, ਠੀਕ ਹੈ, ਜਾਂ ਸੋਇਲ 'ਚ ਚਲੀ ਗਈ, ਠੀਕ ਹੈ। ਸੋ ਇਹ ਜਿਹੜੀ ਹੈ ਆਪਾਂ ਹੁਣ ਇਸ ਚੀਜ਼ ਨੂੰ ਗੱਲ ਕਰਦੇ ਹਾਂ, ਦੈਨ ਇਹ ਫੋਸਫੇਟ ਜਿਹੜੀ ਹੈ ਐਨੀਮਲਸ ਤੱਕ ਫਿਰ ਜਿਹੜੀ ਹੈ ਪਹੁੰਚਣੀ, ਲਾਈਕ ਇੱਥੋਂ ਡਿਜ਼ੋਲਵ ਫੋਸਫੇਟ ਜਿਹੜੀ ਹੈ ਦੈਟ ਇਜ਼ ਅ ਪਲਾਂਟਸ ਤੱਕ ਚਲੀ ਗਈ, ਠੀਕ ਹੈ। ਸੋ ਹੁਣ ਅਨਦਰ ਥਿੰਗ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਹੁਣ ਇਹ ਜਿਹੜੀ ਆਪਾਂ ਕੀ ਹੈ ਕੁਛ ਕੈਮੀਕਲ ਦੇ ਰੂਪ 'ਚ ਯੂਜ਼ ਕੀਤੀ, ਠੀਕ ਹੈ, ਫਰੋਮ ਦਾ ਸੋਇਲ ਮੱਚ ਆਫ ਦਾ ਫੋਸਫੇਟ ਜਿਹੜੀ ਹੈ ਉਹ ਵਾਸ਼ ਹੋ ਕੇ ਸੀਜ ਜਾਂ ਬਾਏ ਰੇਨ ਜਾਂ ਫਲੱਡ ਨਾਲ
दैन आप देखो जी आप फिगर्स देख रहे सीवीड्स, ठीक है, प्लांट्स जोड़े होंगे ने सीवीड्स, ठीक है, जोड़े है टेक फॉसफोरस विच फाइनली की अ पास टू अ फिश बर्ड्स। हूँ बर्ड्स जोड़े ने एक्सक्रीटा मीनस उन्होंने मलमूत्र भी रिलीज़ करना है, वो की है दैट इज़ ऑलसो एडिंग सॉइल। एंड जी बर्ड का एक्सक्रीटा होंगे ना वो काफ़ी अमाउंट में फॉसफोरस रिच होंगे है मल जड़ा होता है, उसमें असी वर्ड यूज़ करते हैं जी यू गुनो, ठीक है। सो इस तरीके लैंड ते जड़ी है ऑन द लैंड, ठीक है, गुनो एंड सॉइल फ्रॉम लेक एंड सी बर्ड इज़ अ सोर्स ऑफ फॉसफोरस, ठीक है। एंड प्लांट्स टेक द फॉसफोरस फ्रॉम द सॉइल, एनिमल गेट इट फ्रॉम द प्लांट डायरेक्टली और इनडायरेक्टली, ठीक है। एनिमल एक्सक्रीटा जोड़ा है वो भी मेनली एज फॉसफेट विच द प्लांट कैन बी इमीजिएटली, ठीक है, लै सकते हैं। सो रिटर्न मतलब वो पानी चो फिश एनिमल्स के थ्रू आ गई सॉइल च या विदरिंग होके जी सॉइल अपन मिल जाती है, ठीक है। ये है फॉसफोरस, ठीक है। हूँ कुछ फॉसफोरस जी जिसमें आप कहें लॉकिंग ऑफ फॉसफोरस, फॉसफेट मे बी फॉर्म कंपाउंड विद मैटल सच एज अलमीनियम आयरन कैल्शियम, बाय दिस कंबीनेशन फॉसफोरस बिकम अनअवेलेबल टू द प्लांट। एक ख्याल रखना सिर्फ जी फॉसफोरस फ्री है जिम्मे विदरिंग होगी या एक्सीटा की फॉर्म वो जी है प्लांट्स तक अवेलेबल होंगी है, एंड लॉस्ट तो जी किसी के ना कंबाइन होगी फॉसफोरस अलमीनियम फॉसफेट बन गया आयरन फॉसफेट बन गया कैल्शियम फॉसफेट, ये प्लांट्स बेटा यूज़ नहीं कर सकते, असं उन्होंने कहने कि लॉस्ट साइकिल च नहीं आएगी, जरा आप साइकिल चला रहे हैं इस साइकिल उन्होंने जोड़ा है प्रेजेंट होएगा, ठीक है। सो दैट इज़ अ मेन थिंग। एंड बोन्स एंड टीथ बीइंग रेजिस्टेंस टू डिके कीप देयर फॉसफेट कंपोनेंट आउट ऑफ साइकिल फ्रॉम द, तो हौली हौली डीकंपोज बहुत लेट होंगे इस करके ये भी साइकिल नहीं आते। सी सिग्निफिकेंट अमाउंट ऑफ फॉसफोरस इज लॉस्ड इन डीप सेडिमेंटेशन विल बिकम अवेलेबल वैन जोग्राफिकल अपहीवल्स होंगे। सो आप गल मूल रूप कह सकते हैं कि जी फॉसफोरस साढ़े को अवेलेबल होंगी है दैट इज़ ओनली रॉक्स टू अ लैंड इकोसिस्टम टू द ओशन एंड फाइनली टू द अगेन सैडीमेंट, मीनस वो साढ़े को जी अवेलेबल है वो यही है कि जड़िया रॉक्स ने डीप कंपोज हुई, ठीक है। सो वो जी है डिजोल्व इरोजन के नाल उही प्लांट्स अवेलेबल हुई है, उही एक्सक्रीटा के फॉर्म से जा रही है, उही फिर साइकिल जा रही है, जी होर किसी फॉर्म जिमें बोनस है या किसी तरीके वो साढ़े को अवेलेबल नहीं होंगे। सो ये है बेटा टोटल जोड़ा है साइकिल अपना कह सकते हैं कि सो ये भी एक तुहाडे एक फॉर्म च मैं तुहानू डायग्राम दिखा रही हूँ कि जिस तरह किस तरह अवेलेबल है, सो दैट इज़ वन पार्ट इज़ देयर, ठीक है। एंड दैन ये जनरल है कि जड़ा है फॉसफोरस साइकिल इज़ अ स्लोएस्ट साइकिल अंडरटेकन मूवमेंट है। सो ये कुछ जड़ियाँ ने मैं स्लाइड्स प्रिपेयर की ने शेयर भी कर लें, तुम इस तो नोट्स भी बना सकते हो। सो लो कंसिडर फॉसफोर इन सॉइल रिड्यूस प्लांट ग्रोथ एंड शो सॉइल माइक्रोबियल ग्रोथ, ठीक है। सो माई सॉइल माइक्रोबियम एक्ट एज अ बोथ सिंक एंड सोर्स अवेलेबल फॉसफोरस इन द बायोलॉजिकल साइकिल, ठीक है। सो ये है बेटा ऑल टूगैदर अ फॉसफोरस साइकिल। सो गो